ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਹਿ ਰਿਹਾ ਕਿ ਉਹ ਜਸਟਿਸ ਨਹੀਂ, ਇਹਦੇ ਕੋਲ ਕੀ ਸਬੂਤ ਨੇ ਕਿ ਉਹ ਜਸਟਿਸ ਨਹੀਂ? ਉਹ ਇਹ ਅੱਗੇ ਹੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਗਿਰ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਦਿਵਿਆ ਪੰਜਾਬ ਟੀਵੀ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਸਾਹਿਲ ਮਹਿਤਾ। ਪਿਛਲੇ ਦਿਨੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਅਹਿਮ ਗਵਾਹ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਆਪਣੇ ਦਿੱਤੇ ਹੋਏ ਬਿਆਨਾਂ ਤੋਂ ਮੁੱਕਰ ਗਿਆ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਨੇ ਇੱਕ ਨਵਾਂ ਹੀ ਮੋੜ ਲੈ ਲਿਆ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਭਾਈ ਨਰਾਇਣ ਸਿੰਘ ਚੌੜਾ ਮੌਜੂਦ ਨੇ। ਗੱਲਬਾਤ ਕਰਦੇ ਹਾਂ ਤੇ ਉਹਨਾਂ ਨਾਲ ਗੱਲ ਕਰਦੇ ਹਾਂ ਇਸ ਬਾਰੇ ਕੀ ਹੋ ਰਿਹਾ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਵੇਖੋ ਜੀ, ਇਸ ਸਮੇਂ ਪੰਜਾਬ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕੀਤੇ ਹੋਏ ਕੁਕਰਮ ਨੇ, ਜਿਹੜੇ ਪਾਪ ਨੇ, ਉਹਨਾਂ ਦਾ ਭਾਂਡਾ ਫੁੱਟਣ ਵਾਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਕੇਸਾਂ ਦੀ ਜਾਂਚ ਕਰਕੇ ਇੱਕ ਰਿਪੋਰਟ ਤਿਆਰ ਕੀਤੀ ਆ। ਉਹ ਰਿਪੋਰਟ ਵਿੱਚ ਕੀ ਆ? ਬੇਸ਼ੱਕ ਉਹਦੇ ਕੁਝ ਹਿੱਸੇ ਲੀਕ ਹੋ ਰਹੇ ਨੇ, ਪਰ ਪੂਰੀ ਰਿਪੋਰਟ ਦਾ ਪਤਾ ਤਾਂ ਸਾਨੂੰ ਉਸ ਦਿਨ ਹੀ ਲੱਗੇਗਾ ਜਦੋਂ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਖੀ ਜਾਏਗੀ ਤੇ ਉਹ ਪੂਰੀ ਪ੍ਰੈਸ ਦੇ ਤੇ ਪੂਰੀ ਦੁਨੀਆਂ ਦੇ ਸਾਹਮਣੇ ਆ ਜਾਏਗੀ ਕਿ ਉਹਦੇ ਵਿੱਚ ਕੀ ਕੀਤਾ ਗਿਆ। ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਜਸਟਿਸ ਜਿਹੜਾ ਇਹਨਾਂ ਰਣਜੀਤ ਸਿੰਘ ਕਮਿਸ਼ਨ ਬਣਾਇਆ ਉਹ ਜਸਟਿਸ ਹੀ ਨਹੀਂ। ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਹਿ ਰਿਹਾ ਕਿ ਉਹ ਜਸਟਿਸ ਨਹੀਂ, ਇਹਦੇ ਕੋਲ ਕੀ ਸਬੂਤ ਨੇ ਕਿ ਉਹ ਜਸਟਿਸ ਨਹੀਂ? ਉਹ ਕੋਰਟ ਦਾ, ਹਾਈ ਕੋਰਟ ਦਾ ਉਹ ਜੱਜ ਰਿਹਾ ਜਿਹੜਾ ਬੰਦਾ ਇੰਨਾ ਸਮਾਂ ਜਿਹਨੇ ਆਪਣੀ ਸਾਰੀ ਸਰਵਿਸ ਕੀਤੀ ਹੋਏ, ਉੱਥੋਂ ਰਿਟਾਇਰਡ ਹੋਇਆ ਹੋਏ ਤੇ ਉਹਨੂੰ ਹੁਣ ਕਹਿਣਾ ਉਦੋਂ ਇਹ ਕਿ ਕਿਉਂ ਸੀ ਜਦੋਂ ਇਹਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਇਹ ਬੋਲੇ? ਤੇ ਹੁਣ ਉਹਦੇ ਵਿਰੁੱਧ ਕੀ ਸਬੂਤ ਦਿੱਤਾ? ਇਹ ਇੱਕ ਲੋਕਾਂ ਨੂੰ ਅਫਵਾਹਾਂ ਫੈਲਾ ਕੇ ਗੁੰਮਰਾਹ ਕੀਤਾ ਜਾ ਰਿਹਾ। ਜੇ ਉਹਦੇ ਵਿੱਚ ਕੋਈ ਸੱਚਾਈ ਆ ਤੇ ਉਹ ਆਪਣੇ ਆਪ ਹੀ ਸਾਹਮਣੇ ਆ ਜਾਣੀ ਆ, ਤੇ ਜੇ ਸੱਚਾਈ ਨਹੀਂ ਤੇ ਇਹ ਅੱਗੇ ਹੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਗਿਰ ਚੁੱਕੇ ਨੇ, ਕਿਉਂਕਿ ਗੰਗੂ ਨੇ ਦੋ ਸਾਹਿਬਜ਼ਾਦਿਆਂ ਨੂੰ ਮੁਗਲਾਂ ਦੇ ਹਵਾਲੇ ਕਰਕੇ ਸ਼ਹੀਦ ਕਰਾਇਆ ਸੀ। ਇਸ ਪਰਿਵਾਰ ਨੇ ਪੂਰੀ ਕੌਮ ਨੂੰ ਹੀ ਸਿੱਖ ਦੁਸ਼ਮਣ ਤਾਕਤਾਂ ਦੇ ਤੇ ਜ਼ਾਲਮਾਂ ਦੇ ਹਵਾਲੇ ਕਰਕੇ ਮਰਵਾ ਦਿੱਤਾ ਵਾ। ਬੇਅਦਬੀ ਕਾਂਡ ਵਿੱਚ ਇਹਨਾਂ ਦਾ ਸਿੱਧਾ ਹੱਥ ਆ। ਡੇਰਾ ਦੰਬ ਨੇ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਕੁਰਾਨ ਸ਼ਰੀਫ ਦੀ ਜਾਂ ਬਾਈਬਲ ਦੀ ਕੀਤੀ, ਉਹਦੇ ਪਿੱਛੇ ਉਹਨਾਂ ਦਾ ਸਿੱਧਾ ਹੱਥ ਆ। ਮਿੱਥ ਕੇ ਬੇਅਦਬੀ ਕਰਾਈ ਗਈ ਤੇ ਸਟੇਟ ਦੀ ਸਰਕਾਰ ਦੀ ਉਹਨਾਂ ਨੂੰ ਸਰਪ੍ਰਸਤੀ ਸੀ ਤੇ ਇਹਦੀ ਬਾਦਲ ਦੀ ਸਰਕਾਰ ਦੇ ਦਰਮਿਆਨ ਹੀ ਸਾਰੀ ਬੇਅਦਬੀ ਦੇ ਕੇਸ ਹੋਏ ਤੇ ਇਹਨਾਂ ਦੀ ਪੂਰੀ ਸਰਪ੍ਰਸਤੀ ਸੀ ਉਹਨੂੰ, ਜਦੋਂ ਕਿ ਜਿਹਨਾਂ ਨੇ ਵੀ ਬੇਅਦਬੀ ਕੀਤੀ ਸੀ ਉਹ ਦੋਸ਼ੀ ਸਾਰੇ ਹੀ ਸਰਕਾਰ ਦੇ ਸਾਹਮਣੇ ਆ ਚੁੱਕੇ ਸਨ, ਪਰ ਇਹਨਾਂ ਨੇ ਡੇਰਾ ਦੰਭ ਨੂੰ ਬਚਾਉਣ ਵਾਸਤੇ ਪਰਦਾਪੋਸ਼ੀ ਕੀਤੀ ਤੇ ਪੁਲਿਸ ਨੂੰ ਉਹਨਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਰੋਕੀ ਰੱਖਿਆ। ਜਦੋਂ ਹੁਣ ਬਰਗਾੜੀ ਮੋਰਚਾ ਲੱਗਾ ਤੇ ਉਹਦਾ ਦਬਾਅ ਪਿਆ ਤੇ ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਢਿੱਲ ਮੱਠ ਦੀ ਨੀਤੀ ਅਪਣਾ ਰਿਹਾ ਸੀ, ਲੇਕਿਨ ਜਦੋਂ ਦਬਾਅ ਦੇ ਕਾਰਨ, ਪੂਰੇ ਸਿੱਖ ਜਗਤ ਦੇ ਦਬਾਅ ਦੇ ਕਾਰਨ ਉਹਨੂੰ ਸਰਗਰਮੀ ਵਿਖਾਉਣੀ ਪਈ ਤੇ ਉਹ ਦੋਸ਼ੀ ਫੜੇ ਗਏ ਤੇ ਇਹਦਾ ਸਿੱਧਾ ਨਾਂ ਆ ਰਿਹਾ ਵਾ ਉਹਨਾਂ ਕੇਸਾਂ ਦੇ ਵਿੱਚ, ਕਿਸੇ ਦੇ ਵਿੱਚ ਸਿੱਧੀ ਸ਼ਮੂਲੀਅਤ। ਮੈਂ ਹੁਣ ਤੁਹਾਨੂੰ ਇੱਕ ਮਿਸਾਲ ਦੇ ਦੇਵਾਂ, ਜਿਹੜਾ ਰਾਮ ਦੁਆਲੀ ਵਾਲਾ ਕੇਸ ਹੋਇਆ ਸੀ, ਜਿਨ੍ਹਾਂ ਨੇ ਰਾਮ ਦੁਆਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਉਹਨਾਂ ਖੁਦ ਜਦੋਂ ਉਹ ਫੜੇ ਗਏ, ਪੁਲਿਸ ਦੇ ਕੋਲ ਵੀ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਕਿ ਅਸੀਂ ਮਜੀਠੀਏ ਦੇ ਕਹਿਣ ਦੇ ਉੱਤੇ ਕੀਤੀ ਆ। ਜਦੋਂ ਉਹ ਜੇਲ੍ਹ ਵਿੱਚ ਗਏ ਇੱਕ ਦਿਨ, ਉਹ ਥੋੜ੍ਹਾ ਜਿਹਾ ਚਿਰ ਕਿਸੇ ਗਲਤੀ ਦੇ ਨਾਲ, ਚਾਹੇ ਜੇਲ੍ਹ ਪ੍ਰਸ਼ਾਸਨ ਦੇ
ਕੋਲੋਂ ਕੋਈ ਭੁਲੇਖਾ ਲੱਗ ਗਿਆ ਉਹਨਾਂ ਨੂੰ, ਉਹ ਮੇਰੇ ਲੱਗ ਗਿਆ ਉਹਨਾਂ ਨੂੰ ਬੰਦ ਕਰ ਦਿੱਤਾ ਲਿਆ ਕੇ। ਜਿਹੜਾ ਜਦੋਂ ਮੈਨੂੰ ਪਤਾ ਲੱਗਾ, ਮੈਂ ਪਹਿਲਾਂ ਸੋਚਿਆ ਵੀ ਇਹਨਾਂ ਦੇ ਕੋਲੋਂ ਅਸਲੀਅਤ ਤੇ ਗੱਲ ਕੱਢੀਏ। ਮੈਂ ਸਾਰੀ ਜਦੋਂ ਗੱਲ ਉਹਨਾਂ ਦੇ ਨਾਲ ਕਰਕੇ ਅਸਲੀਅਤ ਕੱਢੀ ਤੇ ਉਹ ਸਪਸ਼ਟ ਤੌਰ ਤੇ ਮੰਨੇ ਕਿ ਅਸੀਂ ਮਜੀਠੀਏ ਦੇ ਕਹਿਣ ਦੇ ਉੱਤੇ ਬੇਅਦਬੀ ਕੀਤੀ ਸੀ, ਕਿਉਂਕਿ ਅਸੀਂ ਉੱਥੇ ਇੱਕ ਗਲਤੀ ਕਰ ਬੈਠੇ, ਬੇਅਦਬੀ ਕਰ ਚੁੱਕੇ ਹਾਂ ਅਸੀਂ, ਤੇ ਅਸੀਂ ਗੋਲਕ ਵੀ ਭਲਣੀ ਸ਼ੁਰੂ ਕਰਤੀ। ਗੋਲਕ ਭਲਣ ਦਾ ਖੜਾਕ ਆਇਆ ਤੇ ਸਾਨੂੰ ਫੜ ਲਿਆ ਗਿਆ। ਜਦੋਂ ਫੜੇ ਗਏ ਅਸੀਂ ਪੁਲਿਸ ਨੂੰ ਸੱਚਾਈ ਦੱਸੀ, ਪਰ ਪੁਲਿਸ ਨੇ ਸਾਨੂੰ ਇਸ ਗੱਲ ਤੋਂ ਰੋਕਿਆ ਕਿ ਤੁਸੀਂ ਇਹ ਗੱਲ ਨਹੀਂ ਕਹਿਣੀ, ਤੇ ਉਹ ਗੱਲ ਨੂੰ ਪੁਲਿਸ ਨੇ ਦਬਾ ਲਿਆ। ਇਸ ਕਰਕੇ ਕਈਆਂ ਥਾਵਾਂ ਤੇ ਇਹ ਸਿੱਧੇ ਰੂਪ ਵਿੱਚ ਸ਼ਾਮਲ ਨੇ, ਕਈਆਂ ਥਾਵਾਂ ਦੇ ਵਿੱਚ ਇਹ ਅਸਿੱਧੇ ਰੂਪ ਵਿੱਚ ਇਹਨਾਂ ਦਾ ਰੋਲ ਆ, ਤੇ ਕਿਤੇ ਇਹਨਾਂ ਨੇ ਬੇਅਦਬੀ ਦੇ ਕੇਸਾਂ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪਰਦਾਪੋਸ਼ੀ ਕੀਤੀ, ਪੁਲਿਸ ਤੇ ਦਬਾਅ ਪਾਇਆ। ਜਿਹੜਾ ਹਿੰਮਤ ਸਿੰਘ ਜਿਹੜਾ ਕਿ ਆਪਣੇ ਦਿੱਤੇ ਹੋਏ ਬਿਆਨਾਂ ਤੋਂ ਮੁੱਕਰੇ ਨੇ, ਕਿੰਨੀ ਕੁ ਸੱਚਾਈ ਉਹਨਾਂ ਦੇ ਬਿਆਨਾਂ ਦੇ ਵਿੱਚ ਜਿਹੜੇ ਹੁਣ ਬਿਆਨ ਦਿੱਤੇ ਨੇ ਲੱਗਦੀ? ਵੇਖੋ ਜੀ, ਇਹ ਜਿਹੜਾ ਪਰਿਵਾਰ ਆ, ਗਿਆਨੀ ਗੁਰਮੁਖ ਸਿੰਘ ਜਿਹੜਾ ਜਥੇਦਾਰ ਸੀ ਤੇ ਉਹਦਾ ਭਰਾ ਹਿੰਮਤ ਸਿੰਘ, ਇਹਨਾਂ ਦਾ ਨਾ ਕੋਈ ਕਿਰਦਾਰ ਆ, ਨਾ ਇਹ ਸੱਚ ਬੋਲ ਸਕਦੇ ਆ, ਇਹ ਹਮੇਸ਼ਾ ਦੁਬਧਾ ਵਿੱਚ ਦੁਚਿੱਤੀ ਚ ਰਹੇ ਆ। ਜਦੋਂ ਗਿਆਨੀ ਗੁਰਮੁਖ ਸਿੰਘ ਨੇ ਡੇਰਾ ਸਰਸਾ ਮੁਖੀ ਰਾਮ ਰਹੀਮ ਨੂੰ ਅਣਮੰਗੀ ਮਾਫ਼ੀ ਦੇਣ ਦੇ ਕਾਰਵਾਈ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਸੀ, ਬਾਦਲ ਨੇ ਸੱਦਿਆ, ਬਾਦਲ ਦੇ ਕੋਲ ਗਏ ਤੇ ਉਹਦੇ ਦਬਾਅ ਥੱਲੇ ਆਣ ਕੇ ਜੋ ਉਹਨੇ ਕਿਹਾ ਉਸੇ ਤਰ੍ਹਾਂ ਇਹਨਾਂ ਨੇ ਕੌਮ ਤੋਂ ਚੋਰੀ ਛਪੇ, ਚੁੱਪ ਚਪੀ ਤੇ ਇੱਕਦਮ ਉਹਨੂੰ ਮਾਫ਼ੀ ਦੇ ਦਿੱਤੀ। ਉਹਦੇ ਵਿੱਚ ਇਹ ਪੂਰੀ ਤਰ੍ਹਾਂ ਸ਼ਾਮਲ ਸੀ। ਜਦੋਂ ਪੂਰਾ ਸਿੱਖ ਜਗਤ ਰੋਹ ਵਿੱਚ ਆ ਗਿਆ, ਇਹਨਾਂ ਦਾ ਵਿਰੋਧ ਕੀਤਾ, ਇਹਨਾਂ ਨੂੰ ਨਿਕਲਣ ਨਾ ਦਿੱਤਾ, ਇਹ 2 ਸਾਲ ਦੇ ਕਰੀਬ ਫਿਰ ਵੀ ਚੁੱਪ ਰਿਹਾ। ਅਖੀਰ ਜਦੋਂ ਇਹਨੇ ਵੇਖਿਆ ਕਿ ਮੇਰੇ ਹੁਣ ਜਿਹੜਾ ਭੈਣ ਭਰਵਈਆ ਵਾ ਉਹਨਾਂ ਨੇ ਮੇਰਾ ਬਾਈਕਾਟ ਕਰਤਾ, ਕੋਈ ਸਿੱਖ ਮੈਨੂੰ ਮੂੰਹ ਨਹੀਂ ਲਾ ਰਿਹਾ, ਤੇ ਫਿਰ ਇਸ ਨੇ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਂ ਉੱਥੇ ਉਹਦੇ ਵਿੱਚ ਕਿਸ ਤਰ੍ਹਾਂ ਸ਼ਾਮਲ ਹੋਇਆ, ਕਿਸ ਤਰ੍ਹਾਂ ਮੈਨੂੰ ਉੱਥੇ ਖੜਿਆ ਗਿਆ। ਉਹ ਸਾਰੀ ਗੱਲ ਜਿਹੜੀ ਇਹਦੀ ਵੀਡੀਓ ਦੇ ਉੱਤੇ ਵੀ, ਇਹਦੀ ਕਲਿੱਪ ਆ ਯੂਟਿਊਬ ਦੇ ਉੱਤੇ ਵੀ ਪਈ ਆ, ਇਹਦੀ ਬਿਆਨਬਾਜ਼ੀ ਵੀ ਆਈ, ਅਖਬਾਰਾਂ ਵਿੱਚ ਵੀ ਚਰਚਾ ਰਹੀ। ਮੈਂ ਉਸ ਵਕਤ ਵੀ ਕਿਹਾ ਸੀ ਕਿ ਇਹ ਬੰਦਾ ਪੂਰੀ ਤਰ੍ਹਾਂ ਸ਼ਾਮਲ ਆ, ਇਹਦਾ ਕੋਈ ਕਿਰਦਾਰ ਨਹੀਂ, ਇਹ ਹੁਣ ਸੱਚਾਈ ਦੱਸਣ ਦੇ ਨਾਂ ਉੱਤੇ ਆਪਣੇ ਆਪ ਨੂੰ ਹੀਰੋ ਬਣ ਕੇ ਕੌਮ ਦੇ ਵਿੱਚ ਆਪਣਾ ਖੁਸ਼ਿਆ ਹੋਇਆ ਕਿਰਦਾਰ ਮੁੜ ਕੇ ਬਹਾਲ ਕਰਨਾ ਚਾਹੁੰਦਾ ਵਾ। ਕੀ ਮਤਲਬ ਕੀ ਵਿਸ਼ਵਾਸ ਨਾਲ ਕੀ ਲੱਗਦਾ ਤੁਹਾਨੂੰ, ਜਿਹੜਾ ਉਹਨਾਂ ਨੇ ਨਾਮ ਲਏ ਨੇ ਕਿ ਮੇਰੇ ਤੋਂ ਜਬਰੀ ਬਿਆਨ ਦਵਾਏ ਨੇ, ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਤੇ ਜਸਟਿਸ ਰਣਜੀਤ ਸਿੰਘ ਤੇ, ਕੀ ਉਹਨਾਂ ਨੇ ਮੇਰੇ ਕੋਲ ਜਬਰੀ ਬਿਆਨ ਦਵਾਏ ਨੇ, ਕੀ ਕਾਰਨ ਹੋ ਸਕਦਾ ਇਹ ਕਹਿਣ? ਵੇਖੋ, ਇਹ ਤੇ ਹੁਣ ਬਾਦਲ ਦਲ ਦੇ ਦਬਾਅ ਵਿੱਚ ਫਿਰ ਆ ਗਏ। ਜਦੋਂ ਉਹਨੂੰ ਗਿਆਨੀ ਗੁਰਮੁਖ ਸਿੰਘ ਨੂੰ ਅਹੁਦੇ ਤੋਂ ਲਾਹ ਕੇ ਇੱਕ ਆਮ ਕਿਸੇ ਗੁਰਦੁਆਰੇ ਦਾ ਗ੍ਰੰਥੀ ਬਣਾਤਾ, ਪਹਿਲੀ ਗੱਲ ਤੇ ਇਹਦਾ ਕੋਈ ਕਿਰਦਾਰ ਹੀ ਨਹੀਂ। ਜਿਹੜਾ ਇੱਕ ਜਥੇਦਾਰ ਰਿਹਾ ਹੋਏ, ਕਿਸੇ ਤਖਤ ਦਾ ਜਥੇਦਾਰ ਰਿਹਾ ਹੋਏ, ਕਿਸੇ ਤਖਤ ਦਾ ਹੈੱਡ ਗ੍ਰੰਥੀ ਰਿਹਾ ਹੋਏ, ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਰਿਹਾ ਹੋਏ, ਉਹ ਬੰਦਾ ਜਦੋਂ ਅਹੁਦੇ ਤੋਂ ਉਹਨੂੰ ਲਾਹਿਆ ਜਾਂਦਾ ਜ਼ਬਰਦਸਤੀ, ਤੇ ਉਹਦੇ ਵਿੱਚ ਜੇ ਜਰਾ ਜਿੰਨਾ ਵੀ ਖਾਲਸਾਈ ਸਿਧਾਂਤਾਂ ਦਾ, ਸਿੱਖ ਪਰੰਪਰਾਵਾਂ ਦਾ, ਗੁਰੂ ਦੇ ਉਪਦੇਸ਼ਾਂ ਦਾ ਰੰਚ ਮਾਤਰ ਵੀ ਹਿੱਸਾ ਹੋਵੇ ਉਹਦੇ ਮਨ ਵਿੱਚ, ਤੇ ਉਹ ਦੂਜੇ ਥਾਂ ਜਾਂਦਾ ਹੀ ਨਹੀਂ, ਇਹਨੂੰ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ, ਤੇ ਕੌਮ ਦੇ ਵਿੱਚ ਆਪਣੇ ਆਪਣੀ ਗੱਲ ਉਦੋਂ ਕਰਨੀ ਚਾਹੀਦੀ ਸੀ ਕਿ ਸਾਡੇ ਉੱਤੇ ਕਿਵੇਂ ਦਬਾਅ ਪਿਆ, ਅਸੀਂ ਡੇਰਾ ਸਰਸਾ ਨੂੰ ਕਿਵੇਂ ਮਾਫ਼ੀ ਦੇਣ ਲਈ ਮਜਬੂਰ ਹੈ, ਉਦੋਂ ਗੱਲ ਕਰਦਾ, ਉਹਦੀ ਗੱਲ ਹੋ ਰਹੀ। 2 ਸਾਲ ਬਾਅਦ ਜਾ ਕੇ ਜਦੋਂ ਇਹ ਕਾਹੇ ਜੋ ਘਰ ਆ ਰਿਹਾ, ਕੌਮ ਨੇ ਮੂੰਹ ਲਾਉਣਾ ਛੱਡ ਦਿੱਤਾ, ਇੱਥੋਂ ਤੱਕ ਕਿ ਆਪਣੇ ਰਿਸ਼ਤੇਦਾਰਾਂ ਦੇ ਪਰਿਵਾਰ ਨੇ ਵੀ ਇਹਦਾ ਬਾਈਕਾਟ ਕਰ ਦਿੱਤਾ, ਉਦੋਂ ਇਹਨੇ ਨੇ ਇਹ ਗੱਲ ਥੋੜ੍ਹੀ ਜਿਹੀ ਕੀਤੀ। ਜਦੋਂ ਫਿਰ ਉਹਨੂੰ ਜਦੋਂ ਹੁਣ ਬਾਦਲ ਦਲ ਬੁਰੀ ਤਰ੍ਹਾਂ ਫਸ ਚੁੱਕਾ, ਕਿਉਂਕਿ ਬਾਦਲ ਦਲ ਨੇ ਰਣਜੀਤ ਸਿੰਘ ਕਮਿਸ਼ਨ ਦੀ ਪਹਿਲੇ ਦਿਨ ਤੋਂ ਹੀ ਵਿਰੋਧਤਾ ਕਰਨੀ ਸ਼ੁਰੂ ਕੀਤੀ, ਕਿਉਂਕਿ ਰਣਜੀਤ ਸਿੰਘ ਕਮਿਸ਼ਨ ਦਾ ਮੈਂ ਕਈ ਵਕੀਲਾਂ ਨੂੰ ਪੁੱਛਿਆ, ਜਿਹੜੇ ਮੇਰੇ ਦੋਸਤ ਮਿੱਤਰ ਨੇ ਚਾਹੇ ਮੇਰਾ ਕੇਸ ਲੜਦੇ ਨੇ, ਉਹਨਾਂ ਕਿਹਾ ਕਿ ਰਣਜੀਤ ਸਿੰਘ ਇੱਕ
ਨਿਆਂਕਾਰੀ ਜੱਜ ਆ, ਉਹ ਜੋ ਵੀ ਗੱਲ ਕਰੇਗਾ ਉਹ ਪਰਖ ਕੇ ਕਰੇਗਾ, ਨਾ ਕਿਸੇ ਦੇ ਦਬਾਅ ਥੱਲੇ ਆਏਗਾ, ਨਾ ਕਿਸੇ ਲਾਲਚ ਵਿੱਚ ਆਏਗਾ, ਤੇ ਨਾ ਕੋਈ ਝੂਠੀ ਕਿਸੇ ਉੱਤੇ ਤੋਹਮਤ ਲਾਉਣ ਦਾ ਯਤਨ ਕਰੇਗਾ। ਇਹ ਕਿਉਂਕਿ ਮੈਨੂੰ ਵਕੀਲਾਂ ਨੇ ਦੱਸਿਆ ਉਹਦੇ ਕਿਰਦਾਰ ਬਾਰੇ, ਤੇ ਪਹਿਲੇ ਦਿਨ ਤੋਂ ਬਾਦਲ ਦਲ ਉਹਦਾ ਵਿਰੋਧ ਕਰ ਰਿਹਾ, ਕਿਉਂਕਿ ਇਹਦੇ ਗੁਰਬਾਣੀ ਵਿੱਚ ਹੀ ਆ ਪਾਪ ਤਨ ਭੀਤਰ ਕੰਪੇ, ਇਹਨਾਂ ਦੇ ਪਾਪ ਕੰਬ ਰਹੇ ਸੀ, ਇਹਨਾਂ ਦੇ ਕੀਤੇ ਹੋਏ ਪਾਪਾਂ ਦੀ ਸੱਚਾਈ ਸਾਹਮਣੇ ਆਉਣ ਵਾਲੀ ਸੀ, ਇਹਨਾਂ ਦੇ ਝੂਠ ਦਾ ਭਾਂਡਾ ਟੁੱਟਣ ਵਾਲਾ ਸੀ, ਇਹਨਾਂ ਪਹਿਲੇ ਦਿਨ ਤੋਂ ਵਿਰੋਧਤਾ ਕੀਤੀ। ਜਦੋਂ ਹੁਣ ਉਹ ਸਾਰੀ ਰਿਪੋਰਟ ਤਿਆਰ ਹੋ ਚੁੱਕੀ ਆ, ਰਿਪੋਰਟ ਹੁਣ ਅਸੈਂਬਲੀ ਵਿੱਚ ਜਾਣ ਵਾਲੀ ਆ, ਤੇ ਉਦੋਂ ਇਹਨਾਂ ਨੇ ਹੁਣ ਫਿਰ ਉਹਨਾਂ ਦੋਵਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਦਰਕਾਰ ਦਿੱਤਾ ਸੀ, ਉਹਨਾਂ ਦਾ ਫਿਰ ਸਤਿਕਾਰ ਕਰਨ ਲੱਗ ਪਏ, ਉਹਨਾਂ ਨੂੰ ਫਿਰ ਲਾਲਸਾ ਲਾਲਚ ਦੇ ਕੇ ਉਹਨਾਂ ਦੇ ਕੋਲੋਂ ਬਿਆਨਬਾਜ਼ੀ ਦਵਾਈ ਜਾ ਰਹੀ ਆ। ਉਹ ਬੰਦਾ ਜਿਹੜਾ ਹਿੰਮਤ ਸਿੰਘ ਆ, ਉਹਦੇ ਕਿਰਦਾਰ ਨੂੰ ਮੈਂ ਜਾਣਨਾ, ਕਿਉਂਕਿ ਮੇਰੇ ਕਈ ਦੋਸਤਾਂ ਮਿੱਤਰਾਂ ਨੇ ਦੱਸਿਆ ਕਿ ਜਦੋਂ ਉਹਨੂੰ ਸ਼੍ਰੋਮਣੀ ਕਮੇਟੀ ਨੇ ਕੱਢ ਦਿੱਤਾ, ਉਹਨੂੰ ਸੇਵਾ ਮੁਕਤ ਕਰ ਦਿੱਤਾ, ਉਦੋਂ ਉਹ ਦਰ ਦਰ ਦੇ ਉੱਤੇ ਕਦੀ ਕਿਸੇ ਕੋ ਜਾਏ ਕਿ ਮੇਰੀ ਮਦਦ ਕਰੋ, ਕਦੀ ਕਈਆਂ ਨੇ ਉਹਦੀ ਮਦਦ ਕੀਤੀ, ਕਈਆਂ ਨੇ ਉਹਦੇ ਚਰਿੱਤਰ ਨੂੰ ਵੇਖ ਕੇ ਨਾ ਵੀ ਕਰਤੀ, ਮਦਦ ਨਹੀਂ ਕਰਦੀ। ਕਿਸੇ ਕੋਲੋਂ ਮੇਰਾ ਇੱਕ ਦੋਸਤ ਆ, ਉਹਦੇ ਕੋਲੋਂ ਇਹ ਜਗ੍ਹਾ ਮੰਗਦਾ ਸੀ ਕਿ ਮੈਨੂੰ ਜਗ੍ਹਾ ਹੀ ਦੇ ਦੇ ਥੋੜ੍ਹੀ ਬਹੁਤੀ, ਮੈਂ ਉੱਥੇ ਹੀ ਆਪਣੀ ਰਿਹਾਇਸ਼ ਬਣਾ ਲਾਂ, ਚਾਹੇ ਉੱਥੇ ਮੇਰਾ ਰਹਿਣ ਦਾ ਕੋਈ ਜੁਗਾੜ ਬਣ ਜਾਏ। ਇਸੇ ਤਰ੍ਹਾਂ ਕਿਸੇ ਕੋਲ ਨੌਕਰੀ, ਮੈਨੂੰ ਪੂਰਾ ਵਿਸ਼ਵਾਸ ਆ ਮੈਂ ਕਾਂਗਰਸ ਨੂੰ ਸਿੱਖਾਂ ਦੀ ਕਾਤਲ, ਭਾਜਪਾ ਨੂੰ ਦੁਸ਼ਮਣ, ਤੇ ਅਕਾਲੀ ਦਲ ਬਾਦਲ ਨੂੰ ਕੌਮ ਦਾ ਗਦਾਰ ਸਮਝਣਾ, ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਾ ਲਗਾਓ ਆ। ਲੇਕਿਨ ਜੋ ਸੱਚਾਈ ਆ, ਸੱਚਾਈ ਇਹ ਆ ਕਿ ਇਹ ਜ਼ਰੂਰ ਉਸ ਵਕਤ, ਕਿਉਂਕਿ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੀ ਵੀ ਵਿਰੋਧਤਾ ਸੀ, ਕਾਂਗਰਸ ਪਾਰਟੀ ਵੀ ਇਸ ਇਸ਼ੂ ਦੇ ਉੱਤੇ ਅਕਾਲੀ ਦਲ ਦੇ ਵਿਰੁੱਧ ਜੋ ਕੁਝ ਵੀ ਉਹਨੂੰ ਮਿਲਦਾ ਸੀ ਉਹ ਲੈਣ ਦਾ ਯਤਨ ਕਰ ਰਹੀ ਸੀ, ਕਿ ਜਿੱਥੋਂ ਵੀ ਇਨਫੋਰਮੇਸ਼ਨ ਮਿਲੇ ਉਹਨਾਂ ਜ਼ਰੂਰ ਲਾਲਸਾ ਵੀ ਦਿੱਤੀ ਹੋਏਗੀ। ਪਰ ਇਹ ਖੁਦ ਗਿਆ, ਮੈਂ ਇਹ ਗੱਲ ਦੀ ਪੂਰੀ ਘੋਖ ਕੀਤੀ ਆ, ਇਹ ਖੁਦ ਸੁੱਖੀ ਦੇ ਕੋਲ ਗਿਆ, ਉਹਦੇ ਕੋਲੋਂ ਜਾ ਕੇ ਇਹਨੇ ਨੌਕਰੀ ਮੰਗੀ, ਉਹਨੇ ਦਿੱਤੀ ਆ ਜਾਂ ਨਹੀਂ ਦਿੱਤੀ, ਇਹ ਗੱਲ ਉਹ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸੀਗਾ, ਫੋਨ ਤੇ ਗੱਲਬਾਤ ਕੀਤੀ ਗਈ ਉਹਨਾਂ ਨਾਲ। ਉਹਨਾਂ ਦਾ ਕਹਿਣਾ ਸੀ ਕਿ ਨੌਕਰੀ ਲੈਣ ਲਈ ਮੇਰੇ ਕੋਲ ਕਿਸੇ ਬੰਦੇ ਦੇ ਥਰੂ ਆਏ ਸੀ, ਤੇ 10ਵੀਂ ਪਾਸ ਹੋਣ ਕਰਕੇ ਮੈਂ ਜਿਹੜਾ ਨੌਕਰੀ ਨਹੀਂ ਲਵਾ ਸਕਿਆ, ਜਾਂ ਉਹਨੇ ਇਹਦੀ ਕੁਆਲੀਫਿਕੇਸ਼ਨ ਘੱਟ ਹੋਣ ਕਰਕੇ ਨੌਕਰੀ ਨਹੀਂ ਦੇ ਸਕਦੇ। ਜੇ ਦੇਣਾ ਚਾਹੁੰਦਾ ਤੇ ਉਹ ਪੀਐਨ ਦੀ ਨੌਕਰੀ ਵੀ ਦੇ ਸਕਦਾ ਸੀ, ਕੋਈ ਹੋਰ ਵੀ ਉਹ ਇਹਦੀ ਕੋਈ ਆਰਥਿਕ ਮਦਦ ਵੀ ਕਰ ਸਕਦਾ ਸੀ, ਉਹ ਇਹਨਾਂ ਦੇ ਕੋਲ ਬਥੇਰੇ ਫੰਡ ਨੇ, ਉਹ ਆਪ ਵੀ ਅਮੀਰ ਆ, ਆਪਣੇ ਕੋਲੋਂ ਵੀ ਇਹਦੀ ਆਰਥਿਕ ਮਦਦ ਕਰ ਸਕਦਾ ਸੀ, ਉਹਨੇ ਕੀਤੀ ਜਾਂ ਨਹੀਂ ਕੀਤੀ। ਲੇਕਿਨ ਜਿਹੜਾ ਇਹ ਬਿਆਨ ਤੋਂ ਮੁਕਰਿਆ, ਇਹ ਸਿੱਧਾ ਬਾਦਲ ਪਰਿਵਾਰ ਦੇ ਦਬਾਅ ਕਾਰਨ ਮੁਕਰਿਆ। ਪਹਿਲੀ ਗੱਲ ਤੇ ਇਹਦੇ ਉਸ ਬਿਆਨ ਦੀ ਬੇਅਦਬੀ ਦੇ ਕੇਸਾਂ ਵਿੱਚ ਕੋਈ ਅਹਿਮੀਅਤ ਹੀ ਨਹੀਂ, ਇਹਦਾ ਬਿਆਨ ਤੇ ਸਿਰਫ ਉਸ ਗੱਲ ਦੀ ਪੁਸ਼ਟੀ ਹੀ ਕਰਦਾ ਸੀ ਜਿਹੜਾ ਇਹਦਾ ਭਰਾ ਗੁਰਮੁਖ ਸਿੰਘ ਪਹਿਲਾਂ ਚੈਨਲਾਂ ਦੇ ਸਾਹਮਣੇ ਚਾਹੇ ਪ੍ਰੈਸ ਦੇ ਵਿੱਚ ਦੇ ਚੁੱਕਾ ਵਾ, ਉਹਦਾ ਯੂਟਿਊਬ ਤੇ ਵੀ ਚੱਲ ਰਿਹਾ, ਉਹਦੀ ਪੁਸ਼ਟੀ ਕਰਦਾ ਸੀ, ਬੇਅਦਬੀ ਵਾਲੇ ਕੇਸਾਂ ਤੇ ਗੱਲ ਹੀ ਨਹੀਂ ਕਰਦਾ। ਬੇਅਦਬੀ ਵਾਲੇ ਕੇਸ ਵੱਖਰੇ ਨੇ, ਡੇਰਾ ਸਰਸਾ ਨੂੰ ਮਾਫ਼ੀ ਦੇਣ ਵਾਲੀ ਗੱਲ ਵੱਖਰੀ ਆ, ਉਦੋਂ ਇਹਨੇ ਇਹੋ ਬਿਆਨ ਦਿੱਤਾ ਹੋਏਗਾ ਕਿ ਬਾਦਲ ਦਲ ਦੇ ਦਬਾਅ ਦੇ ਥੱਲੇ ਆਣ ਕੇ ਬਾਦਲ ਦਲ ਨੇ ਉਹਨੂੰ ਸਿਰਸਾ ਡੇਰਾ ਨੂੰ ਮਾਫ਼ੀ ਦਵਾਈ ਆ, ਤੇ ਇਹਨਾਂ ਨੇ ਦਿੱਤੀ ਆ, ਮੇਰੇ ਭਰਾ ਨੂੰ ਵੀ ਵਰਤਿਆ ਗਿਆ, ਇੱਦਾਂ ਕਿ ਇਹਦਾ ਬਿਆਨ ਹੋਏਗਾ, ਬੇਅਦਬੀ ਵਾਲੇ ਕੇਸਾਂ 'ਚ ਇਹਦਾ ਇਫੈਕਟਿਵ ਕੋਈ ਵੀ ਬਿਆਨ ਨਹੀਂ। ਦੂਜੀ ਗੱਲ ਜਿਹੜੀ ਇਹ ਕਹਿੰਦਾ ਵਾ, ਤੇ ਜਿਹੜੀ ਮੈਂ ਜਸਟਿਸ ਰਣਜੀਤ ਸਿੰਘ ਦਾ ਵੀ ਬਿਆਨ ਜਿਹੜਾ ਪ੍ਰੈਸ ਦੇ ਨਾਲ ਮੀਡੀਆ ਦੇ ਨਾਲ ਮੈਂ ਸੁਣਿਆ ਵਾ, ਇਹਦਾ ਬਿਆਨ ਪੰਜਾਬੀ ਵਿੱਚ ਆ, ਇਹ ਆਂਦਾ ਮੈਂ ਅੰਗਰੇਜ਼ੀ ਦਿੱਤਾ, ਅੰਗਰੇਜ਼ੀ ਵਿੱਚ ਤੇ ਸਿਰਫ ਉਹਨੇ ਜਿਹੜਾ ਇਹਦਾ ਬਿਆਨ ਐਗਜ਼ਿਬਿਟ ਕੀਤਾ ਵਾ ਉਹਦੇ ਉੱਤੇ ਇਹਦੇ ਸਾਈਨ ਕਰਾਇਆ, ਉਹ ਉਹਨੇ ਅੰਗਰੇਜ਼ੀ 'ਚ ਹੀ ਰਿਪੋਰਟ ਤਿਆਰ ਕਰ ਲਈ, ਉਹਦਾ ਲਿਖਾਉਣਾ ਸੀ, ਇਹਦਾ ਬਿਆਨ ਪੰਜਾਬੀ 'ਚ ਆ ਅਤੇ ਪੰਜਾਬੀ 'ਚ ਇਹਦੇ ਸਾਈਨ ਨੇ, ਜੇ ਇਹ ਮਜਬੂਰੀ ਹੋ ਕੇ ਗਿਆ ਹੀ ਕਿਉਂ, ਪਹਿਲੀ ਗੱਲ ਤਾਂ ਇਹਦੇ 'ਤੇ ਕੀ ਦਬਾਅ ਸੀ, ਇਹ ਕਿਉਂ ਗਿਆ, ਜੇ ਉਦੋਂ ਗਿਆ ਤਾਂ ਉਦੋਂ ਵੀ ਇਹਦਾ ਕਿਰਦਾਰ ਕੋਈ ਨਹੀਂ, ਜੇ ਅੱਜ ਬਿਆਨ ਤੋਂ ਮੁੱਕਰਿਆ ਤਾਂ ਅੱਜ ਵੀ ਇਹਦਾ ਕਿਰਦਾਰ ਕੋਈ ਨਹੀਂ। ਮੈਂ ਇਹਨਾਂ ਸਾਰਿਆਂ ਨੂੰ ਮਸੰਦ ਸਮਝਣਾ ਵਾਂ,
ਸਿੱਖੀ ਕਰਦਾਰ ਇੱਕ ਬਹੁਤ ਉੱਚਾ ਤੇ ਸੁੱਚਾ ਹੁੰਦਾ। ਗੁਰੂ ਦਾ ਸਿੱਖ ਨਾ ਕਦੀ ਥਿੜਕ ਸਕਦਾ, ਨਾ ਲਲਚਾ ਸਕਦਾ, ਨਾ ਘਬਰਾ ਸਕਦਾ ਤੇ ਨਾ ਦਬਾਇਆ ਜਾ ਸਕਦਾ। ਉਹ ਅਣਖ ਨਾਲ ਜੀਣਾ ਤੇ ਸ਼ੇਰਾਂ ਦੀ ਮੌਤੇ ਮਰਨਾ ਜਾਣਦਾ, ਇਹਨਾਂ ਵਿੱਚ ਉਹਦਾ ਕੋਈ ਇਸ ਗੱਲ ਦਾ ਜੋ ਸਿੱਖੀ ਕਿਰਦਾਰ ਆ ਉਹਦਾ ਇੱਕ ਅੰਸ਼ ਮਾਤਰ ਵੀ ਇਹਨਾਂ ਦੇ ਵਿੱਚ ਨਹੀਂ। ਦੋ ਭਰਾਵਾਂ ਦੇ ਵਿੱਚ ਇਹ ਗਿਰੀ ਹੋਈ ਜ਼ਮੀਰ ਦੇ ਬੰਦੇ ਨੇ, ਇਹ ਨਾ ਇਹਨਾਂ ਦੀ ਕੋਈ ਜ਼ਮੀਰ ਆ, ਨਾ ਇਹਨਾਂ ਦੇ ਕੋਲ ਸੱਚ ਆ। ਇਹ ਹਮੇਸ਼ਾ ਦੁਚਿੱਤੀ ਵਿੱਚ, ਦੁਬਧਾ ਵਿੱਚ ਰਹੇ ਤੇ ਲਾਲਸਾ ਇਹਨਾਂ ਦੇ ਮਨ ਵਿੱਚ ਲਲਸਾਉਂਦੀ ਰਹੀ। ਜਿੱਥੋਂ ਇਹਨਾਂ ਨੂੰ ਖੈਰ ਪਿਆ ਇਹ ਉਹਦੇ ਹੀ ਹੋ ਗਏ ਤੇ ਉਹਦੇ ਇਸ਼ਾਰੇ ਦੇ ਉੱਤੇ ਬੋਲਣਾ। ਸੁਖਬੀਰ ਬਾਦਲ ਕਹਿੰਦੇ ਨੇ ਕਿ ਜਿਹੜੇ ਸੰਤ ਦਾਦੂਵਾਲ ਨੇ ਉਹਨਾਂ ਦਾ ਉਹ ਆਈਐਸਆਈ ਦੇ ਏਜੰਟ, ਕਿਉਂਕਿ ਸੰਤ ਦਾਦੂਵਾਲ ਦੇ ਉੱਤੇ ਦੋਸ਼ ਲਾਉਣਾ ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ ਕਿ ਬਰਗਾੜੀ ਮੋਰਚਾ ਚੱਲ ਰਿਹਾ ਵਾ। ਬਰਗਾੜੀ ਮੋਰਚੇ ਪਹਿਲੀ ਗੱਲ ਤੇ ਇਹ ਕਿ ਅਕਾਲੀ ਦਲ ਦਾ ਇਤਿਹਾਸ ਹੀ ਸੀ ਪੰਥਕ ਮੁੱਦਿਆਂ ਉੱਤੇ ਮੋਰਚੇ ਲਾਉਣਾ। ਇਹ ਮੋਰਚੇ ਛੱਡ ਚੁੱਕੇ ਨੇ, ਇਹ ਧਰਮ ਯੁੱਧ ਦੇ ਭਗੌੜੇ ਨੇ। ਇਹਨਾਂ ਨੇ ਕੌਮ ਦੇ ਨਾਲ ਜੋ ਵਾਅਦੇ ਕੀਤੇ, ਜੋ ਉਹਨਾਂ ਨੂੰ ਉਹ ਕੌਮ ਦੀ ਕੁਰਬਾਨੀ ਨੂੰ ਰੋਲਿਆ ਉਹਦਾ ਇਤਿਹਾਸ ਸਾਰਾ ਸਾਹਮਣੇ ਆ। ਇਹ ਪਰਿਵਾਰ ਤੇ 1978 ਦਾ 13 ਅਪ੍ਰੈਲ 1978 ਦਾ ਸਾਕਾ ਇਹਨਾਂ ਦੀ ਸਰਕਾਰ ਦੇ ਟਾਈਮ ਦੇ ਉੱਤੇ ਹੋਇਆ। ਦੇਹਧਾਰੀ ਦੰਭ ਨੂੰ ਇਹਨਾਂ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੇ ਧਾਰਮਿਕ ਨਗਰ ਦੇ ਵਿੱਚ ਸਥਾਪਿਤ ਕਰਨ ਦਾ ਇਹਨਾਂ ਯਤਨ ਕੀਤਾ। ਉਹ ਗੋਲੀਆਂ ਦੇ ਨਾਲ 13 ਸਿੰਘ ਸ਼ਹੀਦ ਹੋਏ, ਉਹਨੂੰ ਬਚਾ ਕੇ ਲੈ ਗਏ। ਇਹਨਾਂ ਦਾ ਕੋਈ ਕਿਰਦਾਰ ਹੀ ਨਹੀਂ ਇਹ ਪਰਿਵਾਰ ਦਾ, ਇਹ ਕੌਮ ਦੇ ਨਾਲ ਹਮੇਸ਼ਾ ਗਰਦਾਰੀ ਰਿਹਾ। ਇਹ RSS ਤੇ ਭਾਜਪਾ ਦਾ ਹੱਥ ਠੋਕਾ ਵਾ, RSS ਦੀ ਦਾ ਹੱਥ ਟੋਕਾ ਭਾਜਪਾ ਦਾ ਹੱਥ ਟੋਕਾ ਇਹ। ਅੱਗੇ ਇਹਨਾਂ ਸ਼੍ਰੋਮਣੀ ਕਮੇਟੀ ਦੇ ਗਲਬਾ ਕੀਤਾ, ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਇਹਨਾਂ ਦੇ ਕਬਜ਼ੇ ਹੇਠ ਕਰਾਇਆ ਵਾ ਤੇ ਇਹ ਉਹਦੀ ਦੁਰਵਰਤੋਂ ਕਰ ਰਹੇ। ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਾਕਿਸਤਾਨ ਫੇਰੀ ਸੀ, ਕਿੱਦਾਂ ਜਿਹੜੀ ਜੱਫੀ ਪਾਈ ਉਹਨਾਂ ਨੇ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਨੂੰ, ਕੀ ਸਮਝਦੇ ਤੁਸੀਂ? ਵੇਖੋ ਜੀ, ਉਹਦੀ ਜੱਫੀ ਦੇ ਉੱਤੇ ਜੋ ਵੀ ਉਹਦਾ ਵਿਰੋਧ ਹੋ ਰਿਹਾ ਉਹ ਮੂਰਖ ਲੋਕ ਕਰ ਰਹੇ ਨੇ, ਜਿਨ੍ਹਾਂ ਨੂੰ ਮਾਈਨਰਸ ਹੀ ਨਹੀਂ ਆਉਂਦੇ। ਜੇ ਕੋਈ ਅੱਗੇ ਤੁਹਾਨੂੰ ਗਲ ਵਕੜੀ ਪਾਉਣ ਦਾ ਯਤਨ ਕਰੇਗਾ ਕਿ ਤੁਸੀਂ ਉਹਨੂੰ ਧੱਕਾ ਮਾਰ ਦੋਗੇ? ਇਹ ਆਪ ਨਹੀਂ ਜਾ ਕੇ ਪਾਉਂਦੇ ਰਹੇ, ਕਿਹੜਾ ਨਹੀਂ ਪਾਉਂਦਾ ਰਿਹਾ? ਕੈਪਟਨ ਤੋਂ ਲੈ ਕੇ ਇਹ ਕਿਹੜਾ ਨਹੀਂ ਪਾਕਿਸਤਾਨ ਜਾਂਦਾ ਰਿਹਾ? ਕੈਪਟਨ ਵੀ ਜਾਂਦਾ ਰਿਹਾ, ਬਾਜਵਾ ਵੀ ਗਿਆ, ਅਡਵਾਨੀ ਵੀ ਗਿਆ, ਸਾਰੇ ਗਏ। ਇੱਥੋਂ ਤੱਕ ਕਿ ਅਡਵਾਨੀ ਦੇ ਉੱਤੇ ਕੇਸ ਸੀ, 47 ਤੋਂ ਪਹਿਲਾਂ ਦਾ ਇੱਕ ਕੇਸ ਦਰਜ ਸੀ ਪਾਕਿਸਤਾਨ ਸਰਕਾਰ ਨੂੰ ਦੇ। ਉਹ ਉੱਥੋਂ ਦੀ ਕੋਰਟ ਦਾ PO ਸੀ, ਪਾਕਿਸਤਾਨ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਉਹਨੂੰ ਜਦੋਂ ਵੀ ਅਡਵਾਨੀ ਪਾਕਿਸਤਾਨ ਜਾਂਦਾ ਉਹਨੂੰ ਅਰੈਸਟ ਕਰ ਦੇ, ਲੇਕਿਨ ਉਹਦਾ ਬਚਾਅ ਕਰਨ ਵਾਸਤੇ ਪਹਿਲਾਂ ਉਹ FIR ਰਿਕੁਐਸਟ ਕੀਤੀ ਗਈ ਤੇ ਫਿਰ ਇਹਦਾ ਬਚਾਅ ਕੀਤਾ ਗਿਆ। ਕਿ ਇਹ ਆਪਣਾ ਪਾਕਿਸਤਾਨ ਦੀ ਫੇਰੀ ਵਿੱਚ ਫੇਰੀ ਕਰਕੇ ਆਪਣਾ ਬਚਾਅ ਕਰਵਾਉਣ ਦਾ ਇਹਨੇ ਜੋ ਤਰੀਕਾ ਵਰਤਿਆ ਜਾਂ ਪਾਕਿਸਤਾਨ ਸਰਕਾਰ ਨੇ ਇਹਦੇ ਬਾਰੇ ਜੋ ਵਿਹਾਰ ਕੀਤਾ ਉਹ ਇਹਦੀ ਜੱਫੀ ਨਾਲੋਂ ਕੋਈ ਵੱਡਾ ਵਾ? ਜੇ ਪਾਕਿਸਤਾਨ ਦਾ ਕੋਈ ਵੀ ਮੁਸਲਮਾਨ, ਕੋਈ ਵੀ ਇਨਸਾਨ ਜੇ ਕਿਸੇ ਨੂੰ ਜੱਫੀ ਪਾਉਂਦਾ, ਭਾਵੇਂ ਦੁਸ਼ਮਣ ਵੀ ਕਿਉਂ ਨਾ ਕਿਸੇ ਦੇ ਘਰ ਆ ਜੇ, ਤੇ ਕੀ ਉਹ ਉਹਨੂੰ ਤੁਸੀਂ ਧੱਕੇ ਮਾਰ ਕੇ ਕਰ ਦੋਗੇ? ਤੇ ਇਹਨੂੰ ਤੇ ਸਿੱਧੂ ਨੂੰ ਤੇ ਉੱਥੇ ਬੁਲਾਇਆ। ਮੈਂ ਸਿੱਧੂ ਦਾ ਕੋਈ ਐਡਾ ਉਪਾਸ਼ਕ ਨਹੀਂ ਆ, ਸਿੱਧੂ ਦੇ ਕਿਰਦਾਰ ਬਾਰੇ ਮੈਨੂੰ ਮੇਰਾ ਕੋਈ ਐਡਾ ਵਧੀਆ ਤਜਰਬਾ ਨਹੀਂ ਗਾ, ਪਰ ਜਿਹੜਾ ਮਸਲਾ ਵਾ ਸਿੱਧੂ ਉੱਥੇ ਗਿਆ ਕਿਉਂਕਿ ਉਹ ਉੱਥੋਂ ਦਾ ਪ੍ਰਧਾਨ ਮੰਤਰੀ ਜਿਹਨੇ ਸਹੁੰ ਚੁੱਕਣੀ ਸੀ ਇਮਰਾਨ ਖਾਨ, ਉਹ ਵੀ ਕ੍ਰਿਕਟ ਦਾ ਖਿਡਾਰੀ ਸੀ, ਇਹ ਵੀ ਕ੍ਰਿਕਟ ਦਾ ਖਿਡਾਰੀ ਸੀ। ਦੂਜੇ ਜਿਹੜੇ ਕ੍ਰਿਕਟ ਦੇ ਖਿਡਾਰੀ ਸੀ ਉਹ ਘਬਰਾ ਗਏ, ਉਹਨਾਂ ਦੇ ਵਿੱਚ ਹਿੰਦੀ ਹਿੰਦੂ ਹਿੰਦੁਸਤਾਨ ਭਰਿਆ, ਇਹਦੇ ਵਿੱਚ ਮਾਸਾ ਰਤਾ
ਹੈ ਤੇ ਇਹ ਵੀ ਹਿੰਦੂ ਹਿੰਦੁਸਤਾਨ ਦਾ ਹਿੰਦੂ ਹਿੰਦੁਸਤਾਨ ਦਾ ਇਹ ਪਾਸ਼ਕ ਆ, ਲੇਕਿਨ ਇਹਦੇ ਵਿੱਚ ਰੰਚ ਮਾਤਰ ਦੋਸਤੀ ਦਾ ਜਿਹੜਾ ਕੋਈ ਅੰਸ਼ ਹੈਗਾ ਉਹਨੂੰ ਇਹਨੇ ਪੂਰਾ ਕਰਦਾ ਉੱਥੇ ਗਿਆ, ਤੇ ਉੱਥੇ ਜਾ ਕੇ ਇਹਨੇ ਜੇ ਉਹਨੂੰ ਜਫੀ ਪਾ ਲਈ ਤੇ ਕੁਝ ਲੈ ਕੇ ਹੀ ਆਇਆ, ਗਵਾ ਕੇ ਨਹੀਂ ਆਇਆ। ਕੀ ਕਹਿੰਦੇ ਹੋ ਤੁਸੀਂ ਜਿਹੜੀ ਕਰਤਾਰਪੁਰ ਲਾਂਘੇ ਦੀ ਜਿਹੜੀ ਮੰਗ ਉੱਠ ਰਹੀ ਹੈ 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ, ਲੱਗਦਾ ਤੁਹਾਨੂੰ ਵੀ ਲਾਂਘਾ ਮਿਲ ਸਕਦਾ? ਵੇਖੋ ਜੀ, ਪਾਕਿਸਤਾਨ ਗਵਰਨਮੈਂਟ ਤੇ ਅੱਜ ਤੋਂ 20 ਸਾਲ ਪਹਿਲਾਂ 1995 ਤੋਂ ਤਿਆਰ ਆ ਉਹ, ਇਹ ਗੱਲ ਤਾਂ ਮੈਨੂੰ ਪਤਾ। 1995 ਤੋਂ ਲਾਂਘਾ ਦੇਣ ਲਈ ਉਹ ਤਿਆਰ ਆ, ਲੇਕਿਨ ਹਿੰਦੁਸਤਾਨ ਸਰਕਾਰ ਨਹੀਂ ਮੰਨ ਰਹੀ, ਉਹ ਜੋ ਪੇਸ਼ਕਸ਼ ਕਰਦੀ ਹੈ ਉਹਨੂੰ ਠੁਕਰਾ ਰਹੀ ਆ, ਤੇ ਮੈਨੂੰ ਉਮੀਦ ਨਹੀਂ ਕਿ ਹੁਣ ਵੀ ਉਹਨਾਂ ਦੀ ਪੇਸ਼ਕਸ਼ ਨੂੰ ਹਿੰਦ ਸਰਕਾਰ ਜਿਹੜੀ ਆ ਮੰਨੇਗੀ, ਇਹ ਠੁਕਰਾ ਦੇਣੀ ਹੈ, ਲਾਂਘਾ ਲੂੰਘਾ ਕੋਈ ਨਹੀਂ ਖੋਲਣਾ। ਲੇਕਿਨ ਸਾਰਾ ਸਿੱਖ ਜਗਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਉੱਤੇ ਆਪਣੇ ਧਾਰਮਿਕ ਸਥਾਨ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਕਰੇ, ਇਹ ਜੇ ਉਹ ਖੁੱਲ੍ਹ ਦਿੰਦੇ ਨੇ ਤਾਂ ਬੜੀ ਚੰਗੀ ਗੱਲ ਆ। ਵੱਡੀ ਪੱਧਰ 'ਤੇ ਉਹ ਵੀਜੇ ਦੇਣ, ਚਾਹੇ ਉਹ ਬਾਰਡਰ ਨੂੰ ਵੀਜੇ ਦੇ ਵਿੱਚ ਕੋਈ ਹੋਰ ਵੀ ਢਿੱਲ ਦੇ ਦੇਣ, ਜਿਹੜੀਆਂ ਹੋਰ ਲਿਮੀਟੇਸ਼ਨਾਂ ਨੇ ਉਹਨਾਂ ਨੂੰ ਖਤਮ ਕਰ ਦੇਣ, ਅਤੇ ਇਹ ਚੰਗੀ ਗੱਲ ਆ। ਪਰ ਲਾਂਘਾ ਖੁੱਲ੍ਹਣ ਦੀ ਮੈਨੂੰ ਕੋਈ ਉਮੀਦ ਨਹੀਂ ਆ। ਹਾਂ, ਇਹ ਹੋ ਸਕਦਾ ਵਾ ਕਿ ਕੁਝ ਸਿੱਖ ਉਧਰੋਂ ਆ ਜਿਹੜੇ ਬਾਰਡਰ ਤੇ, ਤੇ ਕੁਝ ਇਧਰੋਂ ਚੱਲ ਜਾਣ। ਅੱਗੇ ਹਮੇਸ਼ਾ ਹੁੰਦਾ ਰਿਹਾ ਕਿ ਜਿਹੜੇ ਰੇਂਜਰ ਸਿੱਖ ਆ ਉਹ ਲਾਂਘਾ ਦੇਣ ਨੂੰ ਤਿਆਰ ਨੇ, ਹਿੰਦੁਸਤਾਨ ਸਰਕਾਰ ਕਦੀ ਨਹੀਂ ਮੰਨੇਗੀ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲ। ਇਹ ਸਨ ਭਾਈ ਨਾਰਾਇਣ ਸਿੰਘ ਚੌੜਾ, ਜਿਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਨੂੰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਸਾਫ਼ ਛਵੀ ਵਾਲਾ ਇਨਸਾਨ ਦੱਸਿਆ। ਉਹਨੇ ਕਿਹਾ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਵਾਪਰੀਆਂ ਨੇ, ਕਿਤੇ ਨਾ ਕਿਤੇ ਉਹਦੇ ਵਿੱਚ ਬਾਦਲ ਸਰਕਾਰ ਦਾ ਹੱਥ ਸੀ, ਤਾਂ ਹੀ ਇਹ ਇਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੂੰ ਝੂਠੀ ਦੱਸਦੇ ਨੇ। ਉਧਰੋਂ ਇਹਨਾਂ ਨੇ ਸਿੱਧੂ ਦੇ ਉੱਤੇ ਗੱਲ ਕਰਦੇ ਹੋਏ ਕਿਹਾ ਕਿ ਸਿੱਧੂ ਨੇ ਜਿਹੜੀ ਜੱਫੀ ਪਾਈ ਆ ਉਸ ਨੂੰ ਇਹਨਾਂ ਨੇ ਬਿਲਕੁਲ ਹੀ ਸਹੀ ਠਹਿਰਾਇਆ। ਉਹਨਾਂ ਕਿਹਾ ਜੇ ਕੋਈ ਪਿਆਰ ਨਾਲ ਤੁਹਾਨੂੰ ਮਿਲਦਾ ਹੈ ਤਾਂ ਤੁਹਾਨੂੰ ਜੱਫੀ ਪਾ ਕੇ ਮਿਲੇ ਹੋ, ਤੁਸੀਂ ਕੋਈ ਗਲਤ ਗੱਲ ਨਹੀਂ ਹੈ। ਉਹਨਾਂ ਨੇ ਜਿਹੜੀ ਸੈਂਟਰ ਗੌਰਮੈਂਟ ਤੇ ਵੀ ਸਵਾਲ ਚੁੱਕੇ ਕਿ ਤੁਸੀਂ ਵੀ ਉੱਥੇ ਮਿਲਣ ਜਾ ਕੇ ਜੱਫੀਆਂ ਪਾਉਂਦੇ ਸੀ, ਜੇ ਉਹ ਗਲਤ ਨਹੀਂ ਹੈ ਤਾਂ ਸਿੱਧੂ ਦੀ ਜੱਫੀ ਕਿੱਦਾਂ ਗਲਤ ਹੋ ਸਕਦੀ ਹੈ? ਤੇ ਲਾਂਘੇ ਤੇ ਗੱਲਬਾਤ ਕਰਦੇ ਇਹਨਾਂ ਨੇ ਕਿਹਾ ਕਿ 25 ਸਾਲ ਪਹਿਲਾਂ ਵੀ ਪਾਕਿਸਤਾਨ ਸਰਕਾਰ ਜਿਹੜੀ ਲਾਂਘੇ ਨੂੰ ਤਿਆਰ ਸੀ, ਪਰ ਭਾਰਤ ਸਰਕਾਰ ਹੀ ਕੋਈ ਗੱਲ ਅੱਗੇ ਨਹੀਂ ਤੋੜਦੀ ਹੈ ਕਿਉਂਕਿ ਇਹ ਲਾਂਘਾ ਖੁੱਲ੍ਹਣਾ ਹੀ ਨਹੀਂ ਚਾਹੁੰਦੀ। ਕੈਮਰਾਮੈਨ ਕਵਲਜੀਤ ਦੇ ਨਾਲ ਸਾਹਿਲ ਮਹਿਤਾ, ਸੰਪਾਦਕ ਦਿਵਿਆ ਪੰਜਾਬ ਟੀਵੀ।